ਗੱਲ ਯਾਦ ਆਈ ਹਜ਼ਰਤ ਦਾਦਾ ਸਾਹਿਬ ਦੇ ਮੰਨਣ ਵਾਲੀ ਇੱਕ ਬੀਬੀ ਉਹਦੀ ਸ਼ਾਦੀ ਯਹੂਦੀਆਂ ਦੇ ਹੋ ਗਈ ਉਹ ਮੰਨਣ ਵਾਲੀ ਉਹ ਬਿਲਕੁਲ ਮੁਨਕਰ ਗੱਲ ਬੜੀ ਲੰਮੀ ਹੈ ਮੁਖਤਰ ਮਕੋਨਾ ਸੱਤ ਲੜਕੀਆਂ ਜਦੋਂ ਹੋ ਗਈਆਂ ਇੱਕ ਦਿਨ ਉਹ ਕਹਿੰਦਾ ਦਾਤਾ ਨੂੰ ਤੇ ਬੜਾ ਮੰਨਦੀ ਹੈ ਕਹਿਦਾ ਦਾਤਾ ਨੂੰ ਸਾਨੂੰ ਮੁੰਡਾ ਦੇਵੇ ਉਹ ਕਹਿਣ ਲੱਗੀ ਆਏ ਮੁਨਕਰਾ ਪਹਿਲੇ ਮੰਨ ਮੁੰਡਾ ਨਾਲ ਨਿਆਜ਼ ਨਾਲ ਬੱਕਰਾ ਨਾਲ ਤੇ ਤੂੰ ਦਾਦਾ ਦੀ ਸਲਾਮ ਕਰਨ ਜਾਣਾ ਹੈ ਮੁੰਡੇ ਨੂੰ ਲੈ ਕੇ ਤੂੰ ਮੰਨਣਾ ਹੈ ਉਹ ਕਹਿੰਦਾ ਮੈਂ ਮੰਨ ਗਿਆ ਸੁਭਾਨ ਅੱਲਾ ਦਾਦਾ ਸਰਕਾਰ ਨੂੰ ਮੰਨਣ ਵਾਲਿਆਂ ਨੂੰ ਕੀ ਕਮੀ ਹੈ ਸਾਲ ਬਾਅਦ ਹੀਰੇ ਵਰਗਾ ਮੁੰਡਾ ਜਿਵੇਂ ਚੰਦ ਕੱਟਿਆ ਹੁੰਦਾ ਏਦਾਂ ਦਾ ਮੁੰਡਾ ਪੈਦਾ ਹੋਇਆ ਪੰਜ ਸਾਲ ਦੀ ਸੁਪਨਾ ਸੀਗਾ ਪੰਜ ਸਾਲ ਦਾ ਹੋਏਗਾ ਤੇ ਫਿਰ ਚੱਲਾਂਗੇ ਜਦੋਂ ਮੁੰਡਾ ਪੰਜ ਸਾਲ ਦਾ ਹੋ ਗਿਆ ਸੁਭਾਨ ਅੱਲਾ ਸੁਭਾ ਮੇਲਾ ਰਾਤ ਨੂੰ ਉਹਨੇ ਕਿਹਾ ਹੁਣ ਤਿਆਰੀ ਕਰ ਲਾ ਬੰਦਿਆ ਸੁਭਾ ਜਾ ਕੇ ਬੱਕਰਾ ਲਾਇਆ ਹਜ਼ੂਰ ਦਾ ਝੰਡਾ ਲਾਇਆ ਰੋਜ਼ੇ ਵਾਸਤੇ ਗੁਲਾਬ ਵੀ ਲਾਇਆ ਫੁੱਲ ਕਲੀਆਂ ਵੀ ਲਾਇਆ ਸਰਕਾਰ ਨੇ ਚੱਲਣਾ ਏ ਪਰ ਉਹਦਾ ਦਿਲ ਫੇਰ ਬੇਈਮਾਨ ਰਾਤ ਨੂੰ ਮੁੰਡਾ ਕੋਠੇ ਤੇ ਖੇਲਦਾ ਉਹਦੇ ਦਿਲ ਵਿੱਚ ਖਿਆਲ ਆਇਆ ਕਿ ਇਹ ਡਿੱਗ ਜਾਵੇ ਇਹਦੇ ਸੱਟ ਲੱਗ ਜਾਏ ਇਹਨੇ ਦਿਲ ਵਿੱਚ ਖਿਆਲ ਕੇ ਮਰੇ ਨਹੀਂ ਇਹਦੇ ਸੱਟ ਲੱਗ ਜਾਏ ਪਰੇਸ਼ਾਨ ਹੋ ਜਾਈਏ ਜਾਣ ਜੋਗੇ ਨਾ ਰਹੀਏ ਉਹ ਖੇਲੇ ਬਨੇਰੇ ਦੇ ਮਾੜਾ ਜਿਹਾ ਥੱਕਾ ਦਿੱਤਾ ਮੁੰਡਾ ਪੁੱਛੇ ਡਿੱਗ ਪਿਆ ਚਿੱਲੇ ਪੁੱਜੀ ਡਿੱਗਿਆ ਨਾ ਕੋਈ ਸੱਟ ਨਾ ਕੋਈ ਚੋਟ ਮੁੰਡਾ ਮਰ ਗਿਆ ਹਕੀਮ ਡਾਕਟਰ ਵਾਲੇ ਦੋ ਲਿਖੜੇ ਉਹ ਕਹਿੰਦੇ ਇਹਦੇ ਚੋਟ ਕੋਈ ਨਹੀਂ ਔਰ ਇਹਦੇ ਸੱਟ ਕੋਈ ਨਹੀਂ ਇਹਦੇ ਮਰਨੇ ਦਾ ਇਮਕਾਨ ਕੋਈ ਨਹੀਂ ਇਹ ਕਿਉਂ ਮਰ ਗਿਆ ਆ ਬੀਬੀ ਕਹਿੰਦੀ ਇਹ ਮੁਨਕਰ ਦੇ ਦਿਲ ਵਿੱਚ ਕੋਈ ਖੋਟ ਹੋਣਾ ਏ ਨਹੀਂ ਤਾਂ ਦਾਦਾ ਦਾ ਦਿੱਤਾ ਹੈ ਕੌਣ ਮੋੜੇ ਆ ਕਹਿਣ ਲੱਗਾ ਹੁਣ ਗੱਲ ਸੁਣ ਲਾ ਹੁਣ ਪ੍ਰੋਗਰਾਮ ਤਾਂ ਗਲਤ ਹੋ ਗਿਆ ਹਾਂ ਕਹਿਣ ਲੱਗੀ ਵੇ ਇਨਸਾਫ ਲਾ ਮੈਂ ਜਾਣਾ ਮੈਂ ਚੱਲੀ ਆ ਸੁਭਾ ਹੋ ਗਈ ਮੁੰਡੇ ਨੂੰ ਨਰਾਤ ਲਾ ਕੇ ਜਨਾਜ਼ਾ ਰੱਖ ਦਿੱਤਾ ਆ ਕਹਿਣ ਲੱਗਾ ਜਨਾਜ਼ਾ ਚੱਕ ਲਾ ਬਈ ਆ ਕਹਿਣ ਲੱਗੀ ਠਹਿਰ ਮੈਨੂੰ ਮੂੰਹ ਵੇਖ ਕੇ ਤੁਰ ਲੈਣ ਦੇ ਫਿਰ ਲੈ ਜਾਈ ਜਿਲੇ ਮੂੰਹ ਵੇਖ ਕੇ ਦਿਲ ਵਿੱਚ ਖਿਆਲ ਆਇਆ ਕਿ ਦਾਦਾ ਤੇਰਾ ਦਿੱਤਾ ਹੈ ਹੋਵੇ ਤੇ ਮੈਂ ਇਕੱਲੀ ਆਵਾਂ ਤੇਰੇ ਦਰਬਾਰ ਨੂੰ ਜਿਲੇ ਮੂੰਹ ਵੇਖ ਕੇ ਤੁਰੀ ਤਾਂ ਮੁੰਡਾ ਆਵਾਜ਼ ਦਿੰਦਾ ਅੰਮੀ ਠਹਿਰ ਜਾ ਮੇਰੀ ਜਾਣਾ ਏ ਉਹ ਕਾਫਰ ਹੈਰਾਨ ਪਰੇਸ਼ਾਨ ਲੋਕ ਹੈਰਾਨ ਪਰੇਸ਼ਾਨ ਉੱਠ ਕੇ ਬਹਿ ਗਿਆ ਮੁੰਡਾ ਨੱਠ ਕੇ ਆਈ ਜੱਫੀ ਪਾ ਲਈ ਬੇਟਾ ਤੂੰ ਤੇ ਕੱਲ ਦਾ ਮਰਿਆ ਕਹਿਣ ਲੱਗਾ ਨਹੀਂ ਮੈਨੂੰ ਤਾਂ ਬਾਬਾ ਨੇ ਵੱਡਾ ਚ ਬਿਠਾਇਆ ਸੀ ਕਿਹੜੇ ਬਾਬੇ ਨੇ ਜਿਹਨਾਂ ਦੀ ਲੰਬੀ ਲੰਬੀ ਰੀਸ ਮੁਬਾਰਕ ਚੰਦ ਵਰਗੀ ਸ਼ਕਲ ਉੱਚਾ ਲੰਬਾ ਕੱਦ ਉਹਨਾਂ ਦਾ ਨਾਮ ਅਲੀ ਹਜਵੇਰੀ ਅੱਛਾ ਬਲਾ ਕੋਲੋਂ ਮੈਨੂੰ ਖੋ ਕੇ ਉਹਨੇ ਪੱਟਾਂ ਤੇ ਬਿਠਾ ਲਿਆ ਤੇ ਮੈਨੂੰ ਹੁਣ ਕੱਲਿਆ ਕਿ ਜਾ ਅੱਬੇ ਨੂੰ ਤਾਂ ਅੰਮੀ ਨੂੰ ਲੈ ਗਿਆ ਉਹਦੇ ਅੱਬੇ ਨੇ ਸਜਰਾ ਕੀਤਾ ਆਪਣੀ ਬੀਵੀ ਨੂੰ ਕਹਿੰਦਾ ਇੱਕ ਬੱਕਰਾ ਨਹੀਂ ਜਿੰਨੇ ਕਵੇਂ ਬੱਕਰੇ ਬਾਜ਼ਾਰ ਨੂੰ ਗਿਆ ਪੰਜ ਸੱਤ ਬੱਕਰੇ ਲੈ ਆਇਆ ਸਿਰ ਤੇ ਚਾਦਰਾਂ ਰੱਖੀ ਹੋਈਆਂ ਚੰਡੇ ਫੜੇ ਹੋਏ ਨਾਲ ਹੋ ਕੇ ਕਹਿੰਦਾ ਲੈ ਹੁਣ ਕਹਿ ਕੀ ਮੇਰੇ ਦਾਤਾ ਦਾ ਮੇਲਾ ਲੱਗਾ ਅੱਜ ਵੇ ਓ ਮੇਰੇ ਦਾਤਾ ਦਾ ਮੇਲਾ ਲੱਗਾ ਅੱਜ ਵੇ ਚੱਲ ਮੇਲੇ ਤੂੰ ਚੱਲੀਏ ਮੇਰੇ ਦਾਤਾ ਦਾ ਮੇਲਾ ਲੱਗਾ ਲੱਗਾ ਜਿਵੇਂ ਆ ਜਾ ਚੰਦ ਮੇਲੇ ਨੂੰ ਚੱਲੀਏ ਮੇਰੇ ਦਾਦਾ
ترجمة